जिस तरह के बिल पेश हुए है जी उन्हों की रूपरेखा वो बिल्कुल साढ़े किसान अंदोलन एक बल मिले और सानू यह भी तसली हुई है कि जी सा लड़ाई सी योग सी ठीक सी विधानकारा ने इस गलते इस गल मनिया कि उस मुद्दे को लेके रूपरेखा उ मतों में ऐड की गई। अज मुद्दे उन्होंने सारे पंजाब सरकारी मंडिया लानण का किया और नाल दी नाल ही 4 जून तो पहला जिमें पहला कानून सीगा उस तरह के सेम कानून रखेंगे जोड़े नवे कानून उन्होंने सेंटर गौरमेंट के बनाए उन्होंने रद्द करने का उन्होंने मत पाई है। अज असी चगावे दे विच बहुत वड्डा कट करके मोदी सरकार की अर्थी फूकी है संघर्ष को होर तेज़ किया। जिहड़ियां खबरां आ रही ने विधानसभा दे विचों भी जिहड़े APMC एक्ट दे विच सोधा कीतियां गईयां सीगियां उह 2000 तो बाद 17 तक वह सरकार ने वापस नहीं लईयां। ਇਹ ਤੋਂ ਗਾ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦਾ ਮਤਾ ਵੀ ਨਹੀਂ ਪਾਸ ਕੀਤਾ ਗਿਆ। ਅਸੀਂ ਇਹ ਵੀ ਮੰਗ ਕੀਤੀ ਸੀ ਵੀ ਫਸਲ ਖਰੀਦਣ ਤੇ ਵੇਚਣ ਦਾ ਅਧਿਕਾਰ ਕਮੰਤਰੀ ਪੱਧਰ ਤੇ ਸੂਬਿਆਂ ਦਿੱਤਾ ਜਾਵੇ ਤੇ 95% ਵਿੱਚੋਂ ਟੈਕਸਾਂ ਦਾ ਹਿੱਸਾ ਕੇਂਦਰ ਪੰਜਾਬ ਨੂੰ ਦੇਵੇ। ਇਹ ਮਤੇ ਵੀ ਨਹੀਂ ਲਿਆਂਦੇ ਗਏ। ਜਿਹੜੇ ਮਤੇ ਲਿਆਂਦੇ ਗਏ ਆ ਉਹਨਾਂ ਵਿੱਚ ਪੰਜਾਬ ਨੂੰ ਮੰਡੀ ਐਲਾਨ ਦਿੱਤਾ ਗਿਆ। ਕੋਈ ਵੀ MSP ਤੋਂ ਹੇਠਾਂ ਵਪਾਰੀ ਖਰੀਦ ਨਹੀਂ ਸਕੂਗਾ, 3 ਸਾਲ ਦੀ ਸਜ਼ਾ ਹੋਊਗੀ ਤੇ ਮੰਡੀ ਤੋਂ ਬਾਹਰ ਵਾਲੇ ਕਿਸਾਨਾਂ ਨੂੰ ਟੈਕਸ ਲਾਇਆ ਜਾਊਗਾ। 2.5 ਏਕੜ ਵਾਲੇ ਕਿਸਾਨ ਦੀ ਕੁਰਕੀ ਨਹੀਂ ਕੀਤੀ ਜਾਊਗੀ। 3 ਖੇਤੀ ਦੇ ਕਾਨੂੰਨ ਤੇ 1 ਬਿਜਲੀ ਸੋਧ ਬਿੱਲ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਗਿਆ। ਇਹ ਆ ਰਹੇ ਆ ਪਰ ਇਹਨੂੰ ਅਜੇ ਕਾਨੂੰਨ ਬਣਨ ਵਿੱਚ ਬਹੁਤ ਦੇਰੀ ਆ। ਇਹ ਜੋ ਕੁਝ ਵੀ ਕੈਪਟਨ ਅਮਰਿੰਦਰ ਨੇ ਲਿਆਂਦਾ ਵਾ ਇਹ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠ ਲਿਆਂਦਾ ਵਾ। ਇਹ ਲੋਕਾਂ ਦੀ ਦਬਾਅ ਹੇਠ ਫੈਸਲਾ ਕੀਤਾ ਗਿਆ। ਪਰ ਜੇ ਕੋਈ ਇਹ ਕਹਿ ਰਿਹਾ ਵਧਾਈ ਦੇਣ ਵਾਲੀ ਗੱਲ ਆ ਜਾਂ ਕਿਸਾਨ ਮਜ਼ਦੂਰ ਜਿਹੜਾ ਵਾ ਅੰਦੋਲਨ ਵਾਪਸ ਲੈ ਜਾਣ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਹਜੇ ਭਰਾਵੋ ਕਾਨੂੰਨ ਬਣਨਾ ਇਹ ਗਵਰਨਰ ਕੋਲ ਜਾਣਾ, ਗਵਰਨਰ ਸਾਈਨ ਕਰਦਾ ਕਿ ਨਹੀਂ ਕਰਦਾ ਅਗਲੀ ਗੱਲ ਆ। ਗਾਂ ਰਾਸ਼ਟਰਪਤੀ ਕੋਲ ਜਾਣਾ, ਰਾਸ਼ਟਰਪਤੀ ਫਿਰ ਕਾਨੂੰਨੀ ਰਹਿ ਲਊਗਾ। ਇਹ ਗਾਂ ਸੁਪਰੀਮ ਕੋਰਟ ਵੀ ਜਾ ਸਕਦਾ ਵਾ, ਉਹ ਰੱਦ ਕਰਦਾ ਕਿ ਰੱਖਦਾ, ਇਹ ਬਾਅਦ ਦੀਆਂ ਗੱਲਾਂ ਨੇ। 2004 ਵਿੱਚ ਪਾਣੀਆਂ 'ਤੇ ਬਣਿਆ ਕਾਨੂੰਨ ਕੈਪਟਨ ਅਮਰਿੰਦਰ ਦਾ ਉਹ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਸੀਗਾ। ਸੋ ਜਿਹੜੀ ਗੱਲ ਕਹਿਣਗੇ ਵੀ ਕਿਸਾਨ ਅੰਦੋਲਨ ਵਾਪਸ ਲੈ ਲੈਣ, ਇਹ ਕੇਂਦਰ ਸਰਕਾਰ ਦੇ ਹੱਕ ਵਿੱਚ ਭੁਗਤਣ ਵਾਲੀ ਗੱਲ ਹੋਊਗੀ। ਅੰਦੋਲਨ ਇਸੇ ਤਰ੍ਹਾਂ ਜਾਰੀ ਰਹੂਗਾ ਅਤੇ ਇਹ ਜਿਹੜੇ ਮਤੇ ਪਾਏ ਆ ਕਦੋਂ ਕਾਨੂੰਨ ਦੀ ਸ਼ਕਲ ਲੈਂਦੇ ਆ ਇਹ ਵੇਖਣ ਵਾਲੀ ਗੱਲ ਹੋਊਗੀ। ਸੋ ਪੰਜਾਬ ਅਤੇ ਭਾਰਤ ਦੇ ਲੋਕੋ, ਅੰਦੋਲਨ ਨੇ ਹੀ ਇਹ ਖੇਤੀ ਦੇ 3 ਕਾਨੂੰਨ ਰੱਦ ਕਰਾਉਣੇ ਨੇ। ਜਿਹੜਾ ਇਤਿਹਾਸ ਦਾ ਦਾਅਵਾ ਕੀਤਾ ਜਾ ਰਿਹਾ, ਮੋਦੀ 3 ਕਾਨੂੰਨ ਸਾਡੇ ਵਿਰੁੱਧ ਲਿਆ ਕੇ ਇਤਿਹਾਸਕ ਦਾ ਦਾਅਵਾ ਕਰ ਰਿਹਾ ਵੀ ਇਤਿਹਾਸਕ ਕਦਮ ਆ। ਅਕਾਲੀ ਦਲ ਅਸਤੀਫਾ ਦੇ ਕੇ ਗੜਚੋੜ 'ਚੋਂ ਬਾਹਰ ਆ ਕੇ ਇਤਿਹਾਸਕ ਹੋਣ ਦਾ ਦਾਅਵਾ ਕਰ ਰਿਹਾ, ਆਪ ਵਾਲੇ ਦਿੱਲੀ ਧਰਨਾ ਦੇ ਕੇ ਇਤਿਹਾਸਕ ਦਾਅਵਾ ਕਰ ਰਿਹਾ ਅਤੇ ਕੈਪਟਨ ਹੁਣ ਬਿੱਲ ਪਾਸ ਮਤੇ ਪਾਸ ਕਰਕੇ ਇਤਿਹਾਸਕ ਦਾਅਵਾ ਕਰ ਰਿਹਾ। ਇਹ ਗੁਮਰਾਹ ਕਰਨ ਪ੍ਰਚਾਰ 'ਚ ਸਾਨੂੰ ਨਹੀਂ ਆਉਣਾ ਚਾਹੀਦਾ। ਸਾਡੇ ਜਥੇਬੰਦੀ ਦਾ ਅੱਜ ਰੇਲ ਰੋਕੋ ਅੰਦੋਲਨ 27ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਅਤੇ ਇਹਦੇ ਨਾਲ ਨਾਲ ਅਸੀਂ ਅੱਜ ਪੂਰੇ ਪੰਜਾਬ ਦੇ 'ਚ ਅੰਦੋਲਨ ਨੂੰ ਹੋਰ ਤੇਜ਼ ਕੀਤਾ ਵਾ। ਜਥੇਬੰਦੀ ਦੀ ਲਾਮਬੰਦੀ ਵੱਡੀ ਕੀਤੀ ਆ। 27 ਤਰੀਕ ਨੂੰ ਬਹੁਤ ਵੱਡਾ ਮਤਾਵਾਂ ਪੈਣਾ ਦਾ ਪੂਰੇ ਪੰਜਾਬ ਅਤੇ ਅੰਮ੍ਰਿਤਸਰ ਰਣਜੀਤ ਐਵਨਿਊ ਵਿੱਚ ਵੱਡਾ ਇਕੱਠ ਕਰਾਂਗੇ ਅਤੇ ਅੰਦੋਲਨ ਜਦੋਂ ਤੱਕ ਇਹ ਖੇਤੀ ਦੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਜਾਰੀ ਰੱਖਾਂਗੇ।